ਤਰਨਤਾਰਨ ਚ ਲੁਟੇਰਿਆਂ ਨੇ ਬਣਾਇਆ ਪਿਸਤੌਲ ਦੀ ਨੋਕ ਤੇ ਨਿਸ਼ਾਨਾ। ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਪਲਾਸੋਰ ਵਿਖੇ ਪੈਟਰੋਲ ਪੰਪ ਦੇ ਦਿਨ ਦਿਹਾੜੇ ਲੁੱਟ ਖੋਹ ਕਰਨ ਵਾਲੇ ਗਰਾਹਰ ਦੇ ਮੈਂਬਰਾਂ ਨੇ ਹਥਿਆਰ ਦੀ ਨੋਕ ਤੇ ਨਿਸ਼ਾਨਾ ਬਣਾ ਕੇ ਪੰਪ ਦੇ ਕੋਲੋਂ 13,000 ਦੀ ਕਰੀਬ ਪੈਸੇ ਨੂੰ ਲੈ ਕੇ ਫਰਾਰ ਹੋ ਗਏ। ਮੇਰਾ ਨਾਮ ਜੀ ਬਿਕਰਮ ਸਿੰਘ ਹੈ। ਸਰ ਤੁਹਾਡਾ ਕਾ ਸ਼ਾਮ ਨੂੰ ਕੋ ਵਾਰਤਾ ਤੇ ਤੁਹਾਡੇ ਪੈਟਰੋਲ ਪੰਪ ਦੇ ਲੁੱਟਾ ਗਰੋਹ ਪਿਆ ਵਾ ਤੇ ਕੀ ਕਰਨਾ ਵਾਪਰੇ ਕਿਨਾਂ ਦੀ ਗੱਲ ਸਰ? ਹਾਂਜੀ ਵੀਰੇ, ਇਹ ਨਾ ਆਪਣੇ 3:39 ਤੇ 3 ਨੌਜਵਾਨ ਆਏ ਆਪਣੇ ਇੱਥੇ ਪੰਪ ਦੇ ਮੋਟਰਸਾਈਕਲ ਦੇ ਉੱਤੇ ਸੀਡੀ ਡਿਲੈਕਸ ਤੇ ਤੇ ਆਉਂਦੇ ਉਹਨਾਂ ਦੇ ਹੱਥ 'ਚ ਪਹਿਲੇ ਪਿਸਤਲ ਉਹਨਾਂ ਬਾਹਰ ਕੱਢਿਆ ਤੇ ਕੱਢ ਕੇ ਆਉਂਦੇ ਨਾ ਮੁੰਡੇ ਦੀ ਗਰਦਨ ਦੇ ਉੱਤੇ ਆਪਣਾ ਰੱਖਤਾ ਪਿਸਤਲ ਕਿ ਜਿੰਨੇ ਵੀ ਤੇਰੇ ਹੱਥ 'ਚ ਪੈਸੇ ਹੈਗੇ ਆ ਤੇ ਤੂੰ ਸਾਨੂੰ ਦੇ ਦੇ ਤੇ ਇਹ ਅੱਗੋਂ ਥੋੜ੍ਹਾ ਜਿਹਾ ਜਿੱਦ ਪਿਆ ਉਹਨਾਂ ਨਾਲ ਕਿ ਮੈਂ ਨਹੀਂ ਦੇਣੇ ਪੈਸੇ ਤੇ ਉਹਨਾਂ ਇਹਦੇ ਆਪਣਾ ਕਰਕੇ ਫੈਰ ਇੱਕ ਇਹਦੇ ਵੱਲ ਮਾਰਿਆ ਅਤੇ ਉਹ ਬਚਾਅ ਹੋ ਗਿਆ ਇਹਦੇ ਵੱਜਿਆ ਨਹੀਂ ਫੈਰ ਅਤੇ ਤਕਰੀਬਨ ਇਹ ਨਾ ਬਾਅਦ 'ਚੋਂ ਘੁੱਲ ਦੇ ਰਿਹਾ ਵੀਡੀਓ ਤਾਂ ਆਪਾਂ ਤੁਹਾਨੂੰ ਪੁੱਛੀ ਤੁਸੀਂ ਅਤੇ ਇਹਦੇ ਵੀਰੇ ਉਹਨਾਂ ਆਪਣਾ ਲੜ ਲੁੜ ਕੇ ਇਹਦੇ ਹੱਥੋਂ ਪੈਸੇ ਖੋਏ ਅਤੇ ਫਿਰ ਮੋਟਰਸਾਈਕਲ 'ਤੇ ਸਵਾਰ ਹੋ ਗਏ ਤਿੰਨੇ ਜਾਣੇ ਆਪਣਾ ਤਰਨ ਤਾਰਨ ਨੂੰ ਆਪਣਾ ਚਲ ਗਏ। ਅਤੇ ਕਿੰਨੇ ਪੈਸੇ ਲੈ ਕੇ ਹੋਏ ਵੀਰੇ? ਇਸ ਆਪਣੇ ਕੋਲ ਤਕਰੀਬਨ 13,000 ਰੁਪਇਆ ਹੈ ਇਹਦੇ ਹੱਥ 'ਚ ਅਤੇ 13,000 ਰੁਪਇਆ ਲੈ ਗਿਆ। ਹਾਂਜੀ ਵੀਰ ਜੀ, ਪਹਿਲਾਂ ਵੀ ਲੁੱਟ ਹੋਈ ਆਪਣੇ, ਪਹਿਲਾਂ ਵੀ ਇਸੇ ਮੁੰਡੇ ਕੋਲੋਂ ਆਪਣਾ 21,000 ਰੁਪਇਆ ਖੋ ਕੇ ਲੈ ਗਏ, ਉਹ ਗੱਡੀ ਦਾ ਹੀ ਨੌਜਵਾਨ। ਇਹ ਤਾਂ ਵੀਰ ਜੀ ਇੱਥੇ ਤਾਂ ਬਹੁਤ ਜ਼ਿਆਦਾ ਹੀ ਮਾਹੌਲ ਖਰਾਬ ਹੋਇਆ ਸੀਗਾ, ਮਤਲਬ ਆਪਾਂ ਖੁੱਲ੍ਹ ਕੇ ਕੰਮ ਨਹੀਂ ਕੋਈ ਕਰ ਸਕਦੇ ਇੱਥੇ। ਸਕਿਉਰਟੀ ਗਾਰਡ ਵਗੈਰਾ ਕੋਲ ਦੱਸੋਗੇ ਕਿੱਦਾਂ ਕਰੋਗੇ? ਸਕਿਉਰਟੀ ਗਾਰਡ ਸਰ ਆਪਾਂ ਕੀਤਾ ਹੋਇਆ ਵਾ ਅਪਲਾਈ ਅਤੇ ਲੱਭ ਰਹੇ ਹਾਂ ਕੋਈ ਨਾ ਕੋਈ ਆਪਣਾ ਆਪਣਾ ਫੌਜੀ ਰਿਟਾਇਰ ਵੀਰ ਕੋਈ ਮਿਲੇ। ਹਾਂਜੀ ਪੁਲਿਸ ਆਈ ਹੈ, ਪੁਲਿਸ ਉਸੇ ਵੇਲੇ ਆ ਗਈ ਜੀ। ਪੁਲਿਸ ਆਪਣਾ ਕੈਮਰੇ ਕੁਮਰੇ ਉਹਨਾਂ ਖੋਲ੍ਹੇ ਆ ਅਤੇ ਲੱਭ ਰਹੇ ਆ ਜੀ। ਇਹ ਭਾਈ ਆਪਣਾ ਨਾਮ ਮੇਰਾ ਓਮਕਾਰ ਸਿੰਘ ਆ ਅਤੇ ਪੰਪ ਸਾਡਾ ਪੰਜਾਬ ਪੈਟਰੋਲ ਫਿਲਿੰਗ ਸਟੇਸ਼ਨ ਦੇ ਅਤੇ ਭਾਜੀ ਹੈਗੀ ਆ ਜੀ ਬਲਜੀਤ ਸਿੰਘ ਭਾਜੀ ਹੋਣੀ ਤੇਲ ਵਾਸਤੇ ਤੇ ਮੈਂ ਪਾ ਰਿਹਾ ਤੇਲ ਤੇ ਉਹ ਤਿੰਨ ਜਣੇ ਆਏ ਬਾਈਕ ਤੇ ਮੈਂ ਤੇ ਆਪਣੀ ਵੱਲੋਂ ਹੀ ਤੇਲ ਪਾਉਣ ਵਾਸਤੇ ਹੀ ਆਏ ਆਪਣੇ ਤੋਂ ਉਹਨਾਂ ਨੇ ਪਿਸਟਲ ਪਿੱਛੋਂ ਹੀ ਉਹ ਅਸੀਂ ਬਾਅਦ ਵਿੱਚ ਵੇਖਿਆ CCTV ਕੈਮਰੇ 'ਚ ਕਿ ਉਹ ਪਿੱਛੋਂ ਹੀ ਪਿਸਟਲ ਜਿਹੜਾ ਹੱਥ 'ਚ ਫੜ ਕੇ ਲੈ ਕੇ ਆਉਂਦਾ ਸੀ ਅਤੇ ਉਹਨਾਂ ਨੇ ਪਿਸਟਲ ਜਿਹੜਾ ਸੀ ਆ ਕੇ ਅਤੇ ਸਿੱਧਾ ਮੇਰੇ ਨਾਲ ਘੋਲ ਕਰਨਾ ਚਾਲੂ ਕਰਤਾ ਅਤੇ ਮੈਂ ਉਹਨਾਂ ਨਾਲ ਪੂਰੀ ਜਦੋਜਹਿਦ ਕੀਤੀ ਅਤੇ ਉਹਨਾਂ ਨੇ ਗੋਲੀ ਵੀ ਚਲਾਈ ਮੇਰੇ ਪੈਰ 'ਤੇ ਲੱਤ 'ਤੇ ਮਾਰਨ ਵਾਸਤੇ। ਮੈਂ ਆਪਣਾ ਬਚਾਅ ਅਤੇ ਪਰੇ ਭੱਜਿਆ ਵਾਂ, ਕੈਮਰੇ ਦੇ ਵਿੱਚ ਪੂਰੀ ਰਿਕਾਰਡਿੰਗ ਹੈਗੀ ਆ। ਅਤੇ ਕਿੰਨੇ ਦੇ ਪੈਸੇ ਲੁੱਟ ਕੇ ਲੈ ਗਏ? ਪੈਸੇ ਸਰ ਮੇਰੇ ਹੱਥ ਦੇ ਵਿੱਚ ਹੈਗੇ ਜੀ 13,800 ਕੁਛ ਰੁਪਈਏ ਸੀ। ਹਾਂਜੀ, ਕਿਉਂਕਿ ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਪਰ ਫਿਰ ਵੀ ਉਹ ਜਦੋਂ ਉਹਨਾਂ ਨੇ ਗੋਲੀ ਚਲਾਈ, ਗੋਲੀ ਚਲਾਉਣ ਤੋਂ ਬਾਅਦ ਮਤਲਬ ਤਿੰਨ ਜਣੇ ਸੀ ਉਹ ਮੈਂ ਇਕੱਲਾ। ਪੁਲਿਸ ਵੱਲੋਂ ਉਹ ਆਪਣਾ ਮਤਲਬ ਕਾਰਵਾਈ ਕਰਦੇ ਪਏ। ਅਸੀਂ ਰਾਤੀ 9:30 ਤੱਕ ਸਟੇਸ਼ਨ ਪੁਲਿਸ ਸਟੇਸ਼ਨ ਘੋੜਾ ਚੌਂਕੀ ਉਹਨਾਂ ਨੇ ਕੈਮਰੇ ਚੈੱਕ ਕੀਤੇ ਆ, ਜਿੱਧਰ ਜਿੱਧਰ ਉਹ ਜਾ ਰਿਹਾ ਉੱਧਰ ਉੱਧਰ ਦੇ ਕੈਮਰੇ ਉਹ ਚੈੱਕ ਕਰਦੇ ਪਏ ਆ ਨਾਲ ਨਾਲ ਜਿੱਥੇ ਤੱਕ ਮੈਨੂੰ ਚੈੱਕ ਕੀਤੇ ਆ।